اہلیان علاقہ کا کہنا ہے کہ شہباز تو اس دار فانی سے چلا گیا لیکن ابھی بھی وہ سکھ کا سانس نہیں لے پا رہے، کیونکہ زین کی حرکتیں بڑھتی جا رہی ہیں اور زین کے خلاف جانے کی کوئی جرت اس لیے نہیں کرتا کیونکہ پہلے اس نے شہباز کے بھائی کو تشدد کا نشانہ بنایا اور اس کے بعد شہباز کی جان بھی لے لی، اور وہ ہے کہ اپنا کاروبار بڑھائے چلا جا رہا ہے اور علاقے میں خوف و ہراس ہے۔ شراب ادھر بکتی ہے اور شراب زین بیچتا ہے، ادھر نجائز سوزی کرتا ہے، پولیس کو پیسے دیتا ہے، وہ کہتا ہے میں 1,00,000 روپے دیتا ہوں ادھر، مجھے پولیس کا کوئی ڈر نہیں، باہر شراب بیچتا ہے، کھلی عام بیچتا ہے، اور پولیس والے شام کو پیسے بھی جاتے ہیں، سب انسپیکٹر اللہ رکھا، اور ان کے ساتھ 2-3 ملازم آتے ہیں، پیسے ادھر سے لے جاتے ہیں، شراب بہت زیادہ بیچتا ہے، وہ ہم جاتے ہیں اس کا کیس لے کر کے، وہ کہتے ہیں کہ ادھر کیس نہیں آپ کا لگے گا، ایف آئی آر نہیں کاٹتے، وہ غریب آدمی کا محلے دار، ہم اس کے ساتھ جاتے ہیں تو پرچہ نہیں کاٹتے، ریس کورس گئے انہوں نے بھی نہیں پرچہ کاٹا اس کا، پھر ہم ادھر آئے یہ بھائیوں کو بتایا کہ ہمارے ساتھ کوئی مسلم کے ساتھ نہیں دے رہا، پھر جاتے ٹھانے وہ پیسے دیتا ہے یا کچھ بھی دیتا ہے، کام نہیں ہمارا ہوتا، اور ٹھانے میں کچھ بھی نہیں ہوتا ہمارا ساتھ، شراب ایسے بیچتا ہے شام کو 7 بجے اتنی شراب بیچتا ہے، ڈیروں کے ڈیر گاہک ادھر آتے شام کو، وہ کاروبار ہی اس کا شراب کا، اور کوئی بات ہی نہیں کرتا شراب کے ساتھ، پولیس آتی رات دن بیچتا ہے، صبح 6 بجے شٹر کھولتا ہے، شام کو 12 بجے تک بیچتا ہے، خود بناتا ہے شراب خود بناتا ہے گھر، تو وہ نہیں ڈرتا کسی سے بھی، وہ شراب کھلے عام بیچتا ہے۔ بابے جی کا واقعہ ہوا کہ اس کے بیٹے شراب اس کے بیٹے کو ادھر پھینک دیا، ہم تو میں سو رہا تھا تو وہ ہمیں پتہ لگا کہ باہر فوتگی ایک ہوئی تھی، پہلے بھی ایک لڑکا مرا تھا شراب کے ساتھ ہی، تو اس کا تیسرا آیا تھا، اس تیسرے کے بعد ہم میں سو باہر دیکھا تو وہ کہہ رہے کاکا بھی فوت ہو گیا ہے شراب کے ساتھ ہی۔ ਅਸੀਂ ਸਾਰੇ ਇੱਥੋਂ ਦੇ ਰਹਿਸ਼ੀ ਵੈ ਲਾਤੇ ਦੇ, ਅਤੇ ਅਸੀਂ ਲਿਹਾਜ਼ਾ ਚਾਹੁੰਦੇ ਹਾਂ ਕਿ ਜਿਹੜਾ ਕੰਮ ਇਹਨਾਂ ਨਾਲ ਬਹੁਤ ਜ਼ਿਆਦਾ ਹੋ ਰਿਹਾ ਸ਼ਰਾਬ ਦਾ, ਸ਼ਰਾਬ ਜਿਹੜੀ ਹੈ ਖਤਮ ਕੀਤੀ ਜਾਏ, ਘਰ ਘਰ ਦੇ ਬੱਚੇ ਬਹੁਤ ਜ਼ਿਆਦਾ ਵਿਗੜ ਰਹੇ ਨੇ, ਕਿਸੇ ਦਾ ਕੋਈ ਸ਼ਰੀਫ ਬੰਦਿਆਂ ਦਾ ਕੋਈ ਪ੍ਰੋਗਰਾਮ ਹੁੰਦਾ, ਬੱਚੀ ਦੀ ਸ਼ਾਦੀ ਜਾਂ ਕੋਈ ਬੱਚੇ ਦੀ ਸ਼ਾਦੀ ਹੁੰਦੀ ਹੈ, ਉਹ ਪ੍ਰੋਗਰਾਮ ਵੀ ਖਰਾਬ ਹੁੰਦੇ ਨੇ ਸ਼ਰਾਬ ਪਿਆਈ ਜਾਂਦੀ ਸ਼ਰਾਰਤ ਨਾਲ, ਤਾਂ ਕਿ ਸ਼ਰਾਬ ਪਿਆਈ ਜਾਵੇ ਮਾੜੇ ਬੰਦੇ ਨੇ ਇਹਨਾਂ ਦਾ ਪ੍ਰੋਗਰਾਮ ਖਰਾਬ ਹੋਵੇ, ਸ਼ਰਾਬ ਸਾਡੀ ਧੜਾ ਧੜ ਵਿਕੇ, ਉਹ ਜਿੱਥੇ 200 ਦਾ ਹੁੰਦਾ 300 ਦਾ 100-100 ਦਾ ਦੇ ਕੇ ਢਾਲਦੇ ਨੇ, ਸ਼ਰਾਰਤ ਜਿਹੜੀ ਇਹਨਾਂ ਬਹੁਤ ਜ਼ਿਆਦਾ ਕਰਵਾ ਰਿਹਾ ਬੰਦਾ ਹੈ ਜ਼ੈਨ, ਉਹ ਤਾਂ ਇਸ ਵੇਲੇ ਇੱਥੇ ਸਮਝ ਲਓ ਕੋਈ ਮੁਹੱਲੇ ਦਾ ਜਿਹੜਾ ਨਾ ਡੋਨ ਬਣਿਆ ਹੈ, ਜ਼ਹਿਰੀਲੀ ਸ਼ਰਾਬ ਆਪਣੀ ਬਣਾਉਂਦਾ ਹੈ ਜ਼ਾਤੀ, ਤੋ ਜ਼ਾਤੀ ਜਿਹੜੀ ਤੁਹਾਨੂੰ ਪਤਾ ਉਹ ਫਿਰ ਉਹ ਭਾਵੇਂ 50 ਦੀ ਵੀ ਢਾਲ ਦੇਵੇ ਉਹਨੂੰ ਕੀ ਫਰਕ ਪੈਂਦਾ, ਪਰ ਜਿਨ੍ਹਾਂ ਦੇ ਘਰ ਉੱਜੜਦੇ ਪਏ ਨੇ, ਜਿਨ੍ਹਾਂ ਦੇ ਹੁਣ 2 ਹੈ ਬਾਬੇ ਹਰਾਂ ਦਾ ਬੱਚਾ ਫੋਤ ਹੋਇਆ, ਉਹਨਾਂ ਦੇ ਦੁੱਖ ਦੇ ਨਾਲ ਅਸੀਂ ਆਪ ਬਹੁਤ ਜ਼ਿਆਦਾ ਦੁਖੀ ਹਾਂ ਕਿ ਨਹੀਂ ਹੁੰਦਾ ਜਵਾਨ ਬੱਚਾ ਫੋਤ ਹੋਇਆ, ਪਰ ਹੋਇਆ ਹੋਇਆ ਜ਼ਹਿਰੀਲੀ ਸ਼ਰਾਬ ਦੇ ਨਾਲ, ਗਏ ਨੇ ਸਰ ਸਾਰੇ ਨਾਲ ਜਾਂਦੇ ਰਹੇ ਨੇ ਬਾਬੇ ਦੇ ਨਾਲ, ਜਿੰਨੀ ਕੁ ਉਹਨਾਂ ਦੀ ਸੁਣਵਾਈ ਹੁੰਦੀ ਵਿਚਾਰੇ ਟਾਲ ਦਿੰਦੇ ਨੇ ਆ ਜੀ ਦੇ ਨੇ, ਫਿਰ ਦੂਸਰੇ ਦਿਨ ਟਾਈਮ ਦੇ ਦਿੰਦੇ ਨੇ, ਫਿਰ ਟਾਲ ਦਿੰਦੇ ਨੇ ਆ ਜਾਓ ਵੀ, ਬਸ ਇੰਝ ਹੀ ਆਏ ਚਲਾਈ ਹੋਈ, ਸੁਣਵਾਈ ਨਹੀਂ ਹੋ ਰਹੀ ਬਾਬੇ ਦੀ, ਅਸੀਂ ਲਿਹਾਜ਼ਾ ਅਸੀਂ ਇਸ ਚੀਜ਼ ਦੀ ਅਪੀਲ ਕਰਾਂਗੇ ਕਿ ਜਿਹੜਾ ਬਾਬੇ ਨੂੰ ਇਨਸਾਫ ਮਿਲਣਾ ਚਾਹੀਦਾ। ਸਰ ਮੈਂ ਇਸ ਮੁਹੱਲੇ ਰਹਿੰਦਾ, ਬਗਾਇਆ ਬੈਲ ਆਤਾ, ਸਦਰ ਬੈਲ ਆਤਾ, ਬਗਾਇਆ ਇੱਥੇ ਸ਼ਰਾਬ ਵਿਕਦੀ, ਬਗਾਈ ਸ਼ਰਾਬ ਬੰਦ ਹੋਣੀ ਚਾਹੀਦੀ, ਸਾਡੇ ਮੁਹੱਲੇ ਧੀਆਂ ਭੈਣ ਰਿਸ਼ਤੇ ਲੈਣਾ ਤਾਂ ਦਿੰਦੇ ਨਹੀਂ, ਅਗਲੇ ਕਹਿੰਦੇ ਇਸ ਮੁਹੱਲੇ ਸ਼ਰਾਬ ਵਿਕਦੀ, ਅਸੀਂ ਕਹਿੰਦੇ ਸ਼ਰਾਬ ਬੰਦ ਥਾਣੇ ਜਾਂਦੇ, ਥਾਣੇ ਵਾਲੇ ਸਾਡੀ ਸੁਣਦੇ ਨਹੀਂ, ਅਸੀਂ ਥਾਣੇ ਵੀ ਜਾਂਦੇ ਵੀਰ ਦਾ ਲਾਸ਼ਕ ਉਹਦੇ ਵੀ ਸਾਡੀ ਨਹੀਂ ਸੁਣੀ ਗਈ, ਉਹਦੇ ਬੈਗ ਆਏ ਸਾਰੇ, ਅਸੀਂ ਤਾਂ ਇਸ ਗੱਲ ਦੀ ਮਿੰਨਤ ਕਰ, ਸਾਡਾ ਕੰਮ ਹੋਏ ਭੱਟੀ ਸਾਰੇ ਨਾਲ ਹੀ ਸੀਗੇ ਜਿਹਨਾਂ ਦਾ ਬੇਟਾ ਫੋਤ ਹੋਏ, ਥਾਣੇ ਛੱਡਦੇ ਭਾਵੇਂ ਜਿੱਥੇ ਮਰ ਸਾਨੂੰ ਖੜੇਗਾ ਅਸੀਂ ਖੜੇ ਹੋਵਾਂ, ਉੱਥੇ ਜਾਣ ਵਿੱਚ ਜਾਣ ਦੀ ਸ਼ਰਾਬ ਬੰਦ ਹੋਈ ਜਾਵੇ, ਅਸੀਂ ਤਾਂ ਤੁਹਾਡੇ ਕੋਲ ਤੁਸੀਂ ਆਏ ਸਾਡੇ ਭਰਾ, ਤੁਹਾਡੇ ਨਾਲ ਹਮਦਰਦੀ ਪੂਰੀ ਚੱਲਾਂਗੇ। ਮੈਂ ਸਭ ਭੈਣ ਭਰਾ ਨੂੰ ਸਲਾਮ ਕਰਨਾ ਜਨਾਬ, ਮੈਂ ਮਸੀਹ ਬਰਾਦਰੀ ਦਾ ਨੁਮਾਇੰਦਾ ਵੀ ਹਾਂ ਜਨਾਬ, ਕਿ ਇਸ ਬੈਲ ਹਾਤੇ ਦੇ ਵਿੱਚ ਜਨਾਬ ਬਹੁਤ ਜ਼ਿਆਦਾ ਨਜਾਇਜ਼ ਫਰੋਸ਼ੀ ਹੁੰਦੀ ਹੈ, ਇਹ ਜ਼ੈਨ ਨਾਮੀ ਬੰਦਾ ਹੈ, ਉਹ ਅਰਸਾ ਦਰਾਜ ਤੋਂ ਸ਼ਰਾਬ ਜ਼ਹਿਰੀਲੀ ਸ਼ਰਾਬ ਬਣਾ ਕੇ ਵੇਚ ਰਿਹਾ, ਔਰ ਉਹਨੂੰ ਮੁਹੱਲੇਦਾਰਾਂ ਨੇ ਮਨਾ ਵੀ ਕੀਤਾ, ਅੱਗੋਂ ਬਦਮਾਸ਼ੀ ਕਰਦਾ, ਗਾਲਾਂ ਕੱਢਦਾ, ਸਭ ਦੀਆਂ ਧੀਆਂ ਭੈਣਾਂ ਨੂੰ ਕੱਢਦਾ, ਮੁਹੱਲੇ ਦੀਆਂ ਪੂਰੀਆਂ ਨੂੰ, ਇਹ ਨਹੀਂ ਕਿ ਸਿਰਫ ਜਿਨ੍ਹਾਂ ਦਾ ਬੱਚਾ ਮਰਿਆ ਉਹਨਾਂ ਨੂੰ ਕੱਢਦਾ, ਪੂਰੇ ਮੁਹੱਲੇ ਨੂੰ ਕੱਢਦਾ ਗਾਲਾਂ, ਸ਼ਰਾਬ ਪੀ ਕੇ ਵੀ ਦੂਸਰਿਆਂ ਨੂੰ ਘਟਾਉਂਦਾ ਵੀ ਹੈ, ਔਰ ਜ਼ਹਿਰੀਲੀ ਸ਼ਰਾਬ ਵੇਚਦਾ, ਉਹ ਘਰ ਬਣਾ ਕੇ ਵੇਚਦਾ, ਲਿਹਾਜ਼ਾ ਮੇਰੀ ਇਹੋ ਹੀ ਗੌਰਮੈਂਟ ਦੇ ਅੱਗੇ ਇਲਤਜਾ ਹੈ, ਪੁਲਿਸ ਡਿਪਾਰਟਮੈਂਟ ਅੱਗੇ ਇਲਤਜਾ ਹੈ ਕਿ ਇਸ ਨਜਾਇਜ਼ ਫਰੋਸ਼ੀ ਨੂੰ ਬੰਦ ਕੀਤਾ ਜਾਵੇ, ਅਸੀਂ
ਕਾਫੀ ਦਫਾ ਸ਼ਮਾਲੀ ਛੋਣੀ ਥਾਣੇ ਗਏ ਲੇਕਿਨ ਸਾਡੀ ਕੋਈ ਸੁਣਵਾਈ ਨਹੀਂ ਹੋਈ। ਉਹ ਵਕਤੀ ਤੌਰ ਫੜ ਕੇ ਲੈ ਜਾਂਦੇ ਨੇ ਫਿਰ ਛੱਡ ਦਿੰਦੇ ਨੇ, ਕੋਈ ਉਹਨਾਂ 'ਤੇ ਕਾਨੂੰਨੀ ਕਾਰਵਾਈ ਨਹੀਂ ਹੁੰਦੀ ਜਿਹੜੀ ਇਹੋ ਜਿਹੀ ਵੀ ਜਿਹਦੇ ਨਾਲ ਉਹਨੂੰ ਨਸੀਹਤ ਹੋਵੇ। ਲਿਹਾਜ਼ਾ ਇਹੋ ਇਲਤਜਾ ਸਾਡੀ ਗੌਰਮੈਂਟ ਅੱਗੇ ਵੀ ਔਰ ਪੁਲਿਸ ਡਿਪਾਰਟਮੈਂਟ ਅੱਗੇ ਵੀ ਇਹਨੂੰ ਨਜਾਇਜ਼ ਫਰੋਸ਼ੀ ਨੂੰ ਬੰਦ ਕੀਤਾ ਜਾਵੇ। ਔਰ ਸਾਡੇ 5-7 ਬੱਚੇ ਮਰ ਚੁੱਕੇ ਨੇ ਜ਼ਹਿਰੀਲੀ ਸ਼ਰਾਬ ਪੀ ਪੀ ਕੇ, ਔਰ ਅਣ ਕਰੀਬ ਹੋਰ ਵੀ ਮਰਨ ਵਾਲੇ ਨੇ। ਇਹੋ ਹੀ ਗੌਰਮੈਂਟ ਅੱਗੇ ਇਲਤਜਾ ਜਿਹੜੇ ਮਤਲਬ ਕਿ ਬਚ ਸਕਦੇ ਨੇ ਉਹਨੂੰ ਬਚਾਉਣ, ਮਿਹਰਬਾਨੀ ਹੈ ਸਾਡੀ। ਇਹੋ ਇਲਤਜਾ ਗੌਰਮੈਂਟ ਅੱਗੇ ਵੀ ਔਰ ਪੁਲਿਸ ਡਿਪਾਰਟਮੈਂਟ ਅੱਗੇ ਵੀ ਕਿ ਇਸ ਨਜਾਇਜ਼ ਫਰੋਸ਼ ਨਾਲ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਮੇਰਾ ਭੈਣ ਭਰਾ ਸਲਾਮ, ਅਤੇ ਮੈਂ ਇੱਥੋਂ ਰਾਸ਼ੀ ਬਹਿਲਾ ਤੇ ਦਾ, ਅਤੇ ਮੇਰੇ ਤੋਂ ਗੁਜ਼ਾਰਿਸ਼ ਹੈ ਅਤੇ ਇੱਥੋਂ ਜੁਰਾਮ ਖਤਮ ਕੀਤਾ ਜਾਵੇ। ਅਤੇ ਜੈਨ ਨਾਮ ਦਾ ਆਦਮੀ ਬਹੁਤ ਜ਼ਿਆਦਾ ਵੇਚ ਦਵਾ, ਸਾਡੇ ਗੁਜ਼ਾਰਿਸ਼ ਹੈ ਤੁਹਾਨੂੰ, ਨਾ ਪੁਲਿਸ ਆਉਂਦੀ ਨਾ ਕੁਛ ਕੋਈ ਗੱਲ ਨਹੀਂ ਸੁਣਦਾ ਭਾਈ। ਤੁਹਾਡੀ ਮਿਹਰਬਾਨੀ, ਤੁਹਾਡੇ ਬਿਜਲੀ ਤੋਂ ਬਾਬਾ ਜੀ ਤਾਉਣ ਕਰੋ, ਉਹਨਾਂ ਨੂੰ ਇਨਸਾਫ ਦਵਾਓ। ਸਾਰੇ ਇੱਥੇ ਮੁਹੱਲੇ ਜੀ ਸ਼ਰਾਬ ਵੇਚ ਰਿਹਾ ਰਹਿਣ ਬੰਦਾ, ਲਿਆਦਾ ਜਿਹੜੀ ਨਾ ਬੰਦ ਹੋਣੀ ਚਾਹੀਦੀ। ਬੱਚੇ ਬੜੇ ਖਰਾਬ ਹੋ ਗਏ ਨੇ, ਬਟ ਫੌਤ ਵੀ ਹੋ ਗਏ ਨੇ ਬੱਚੇ 4-5। ਇਹ ਬਾਬੇ ਦਾ ਬੱਚਾ ਵੀ ਫੌਤ ਹੋਇਆ ਇੱਥੇ ਵਜ੍ਹਾ ਕਰਕੇ, ਅਤੇ ਲਿਆਦਾ ਗੌਰਮੈਂਟ ਅੱਗੇ ਅਪੀਲ ਹੈ, ਤੁਹਾਡੇ ਅੱਗੇ ਵੀ, ਮੀਡੀਆ ਅੱਗੇ ਵੀ, ਸਾਰੇ ਪੁਲਿਸ ਅੱਗੇ ਕਿ ਉਹ ਬੰਦ ਹੋਣੀ ਚਾਹੀਦੀ, ਇਹਨੂੰ ਕਾਰਵਾਈ ਕੀਤੀ ਜਾਣੀ ਚਾਹੀਦੀ। ਸਰ ਇਹ ਜੈਨ ਸਾਹਿਬ ਦੇ ਹਵਾਲੇ ਨਾਲ ਅਸੀਂ ਗੱਲ ਕਰ ਰਹੇ, ਇੱਥੇ 2-3 ਬੰਦਿਆਂ ਦੀ ਫੌਤਗੀ ਹੋ ਗਈ, 2-3। ਅਸੀਂ ਇਹਨੂੰ ਕਹਿੰਦੇ ਵੀ ਸ਼ਰਾਬ ਇੱਥੋਂ ਬੰਦ ਕਰ ਦੇ। ਤਕਰੀਬਨ ਇਹਨੇ ਸ਼ਾਮ ਨੂੰ ਬੈਠਕ ਭਰੀ ਹੁੰਦੀ ਹੈ ਬੰਦਿਆਂ ਨਾਲ, ਬੱਚਿਆਂ ਨਾਲ, ਸ਼ਰਾਬ ਸਾਰੇ ਬੱਚੇ ਪੀਂਦੇ ਨੇ ਸ਼ਰਾਬ ਉੱਥੇ, ਔਰ ਇਹਨੂੰ ਕਿਹਾ ਵੀ ਬੰਦ ਕਰ ਦੇ। 2-3 ਬੰਦੇ ਅੱਗੇ ਫੌਤ ਹੋ ਗਏ, ਅਤੇ ਹੁਣ ਇਹਨਾਂ ਗੁਲਜ਼ਾਰ ਮਸੀਹ ਦਾ ਬੱਚਾ ਉਹ ਫੌਤ ਹੋ ਗਿਆ। ਅਸੀਂ ਇਹਨੂੰ ਕਹਿੰਦੇ ਬੰਦ ਕਰ ਦੇ, ਬੰਦ ਨਹੀਂ ਕਰਦਾ ਪਿਆ, ਪਤਾ ਨਹੀਂ ਕੀ ਕਹਿੰਦਾ। ਮੈਂ ਥਾਣੇ ਵਾਲੇ ਨਾਲ ਮੈਂ ਸਾਰੀ ਗੱਲ ਮੁੱਕੀ, ਮੇਰੀ ਹਰ ਚੀਜ਼, ਮੈਨੂੰ ਮੁਕਾ, ਮੇਰੀ ਬੰਦ ਕਰਕੇ ਵਹਾਓ ਮੇਰੀ ਸ਼ਰਾਬ। ਉਹ ਸਾਡੀ ਗੱਲ 'ਤੇ ਕੋਈ ਨਹੀਂ ਅਸਰ ਕਰਦਾ ਸਰ, ਇਹ ਗੱਲ ਇਹਨੂੰ ਮਿਹਰਬਾਨੀ ਕੀਤੀ ਹੋਵੇ, ਇਹਨੇ ਬੰਦ ਕੀਤੀ ਹੋਵੇ ਸ਼ਰਾਬ। ਇਹਦੇ ਅਪੀਲ ਕਰਨੇ ਸਰ, ਅਸੀਂ ਡਿਸਟਰਬ ਗਏ ਸਰ, SP ਅੱਗੇ, DIG ਸਾਹਿਬ ਦੇ ਅੱਗੇ ਮਿਹਰਬਾਨੀ ਕਰੇ ਸਰ, ਸਾਰੇ ਨੇ ਬੰਦ ਕੀਤੀ ਜਾਂਦੀ। ਭਾਈ ਸੁਬਹਾ ਸੁਬਹਾ ਨੇ ਜ਼ੈਨ ਆਏ ਸੀ ਚਾਚੀ ਨੂੰ ਬੁਲਾਉਣ, ਸੁਬਹਾ ਨੇ ਉਹ ਕਹਿ ਰਹੇ ਸੀ ਕਿ ਤਰ੍ਹਾਂ ਨਾ ਸੁਪਰਵਾਈਜ਼ਰ ਆਇਆ। ਸੁਬਹਾ ਸੁਬਹਾ ਨੂੰ ਲੈ ਕੇ ਗਏ ਸੀ ਸ਼ਰਾਬ ਪਿਲਾ ਕੇ, ਅਤੇ ਉਹਨਾਂ ਨੂੰ ਬਾਹਰ ਸੁੱਟ ਗਏ ਸੀ ਸੜਕ 'ਤੇ। ਫਿਰ ਅਬੇਰਾ ਨੂੰ ਫੋਨ ਕੀਤਾ ਸੀ ਕਿ ਆ ਕੇ ਇਹਨੂੰ ਲੈ ਜਾਵੋ ਜ਼ੈਨ। ਹਾਂਜੀ, ਸ਼ਰਾਬ ਵੀ 2 ਬੰਦੇ ਹੋਰ ਵੀ ਮਰੇ ਨੇ ਇਹਦੀ ਸ਼ਰਾਬ ਦੇ ਨਾਲ, ਅਤੇ ਉਹਨਾਂ ਨੂੰ ਵੀ ਇਹਨਾਂ ਨੇ ਸ਼ਰਾਬ ਵੀ ਪਿਆ ਕੇ ਅਤੇ ਮਾਰਿਆ। ਅਤੇ ਉਹ ਹਰ ਬੰਦੇ ਨੇ ਜਿਹੜੇ ਪੁਲਿਸ ਵਾਲੇ ਉਹਨਾਂ ਨੂੰ ਵੀ ਖਰੀਦ ਲੈਂਦੇ ਪੈਸੇ ਦੇ ਕੇ। ਮੈਂ ਅਪੀਲ ਕਰਨਾ ਇਮਰਾਨ ਖਾਨ ਸਾਹਿਬ ਨੂੰ, ਵਜ਼ੀਰ ਆਜ਼ਮ ਨੂੰ, ਕਿ ਮੇਰੀ ਸੁਣਵਾਈ ਕਿਸੇ ਪਾਸੇ ਨਹੀਂ ਹੋਈ। ਅਸੀਂ ਹੱਥ ਜੋੜ ਕੇ ਪੁਰ ਅਮਨ ਅਪੀਲ ਕਰਨੇ ਤੇ ਸਾਨੂੰ ਇਨਸਾਫ ਮਿਲੇ, ਸਾਨੂੰ ਕੋਈ ਚੀਜ਼ ਨਹੀਂ ਚਾਹੀਦੀ। ہمارے معاشرے میں شراب بیچنا، شراب پینا معمول بنتا جا رہا ہے، اور زہریلی شراب سے اکثر اموات بھی دیکھنے میں آتی ہیں جو کہ کسی طور مناسب نہیں۔ قانون نافذ کرنے والے اداروں کو خصوصاً اس حوالے سے ایک بڑے کریک ڈاؤن کا انتظام کرنا ہوگا تاکہ شراب بنانے والے اور بیچنے والے قانون کی گرفت میں آ سکیں اور کسی کا کوئی لال شراب کی بھینٹ نہ چڑھے۔ جرم انجام کی پوری ٹیم کے ساتھ اپنے میزبان طارق حفیظ کو اجازت دیجیے، اللہ نگہبان۔